1922 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਨਸ਼ੇ ਦੇ ਪਰਚੇ ਵਿੱਚ ਚਰਚਿਤ ਰਹੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮਾਲ ਮੰਤਰੀ ਬਿਕਰਮ ਮਜੀਠੀਆ ਨੇ ਹਲਕਾ ਮਜੀਠਾ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਤੇ ਇਸ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਕਾਗਜ਼ ਭਰਨਗੇ। ਇਸ ਮੌਕੇ ਮਜੀਠੀਆ ਨੇ ਪੰਜਾਬ ਦੀ ਕਾਂਗਰਸ ਹਕੂਮਤ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਉਹਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਤੇ ਹੋਰ ਕੀ ਕੁਝ ਕਹਿੰਦੇ ਨੇ ਬਿਕਰਮ ਮਜੀਠੀਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਪਾਰਲੀਮੈਂਟ ਦੀ ਇਲੈਕਸ਼ਨ ਸੀ 2007 ਵਾਲੀ ਜਿਹੜੀ ਉਸ ਵੇਲੇ ਵੀ ਉਹ ਕਿਉਂਕਿ ਉਹ ਬਾਈ ਇਲੈਕਸ਼ਨ ਲੜੇ ਸੀ ਨਵਜੋਤ ਸਿੰਘ ਸਿੱਧੂ ਔਰ ਮੈਂ ਇਲੈਕਸ਼ਨ ਮੇਨ ਲੜਿਆ ਸਾਂ। 14 ਦੀ ਜੇਟਲੀ ਸਾਹਿਬ ਦੀ ਇਲੈਕਸ਼ਨ ਸੀ, 17 ਦੀ ਇਲੈਕਸ਼ਨ ਸੀ ਜਦੋਂ ਹਰ ਤਰੀਕੇ ਦੀ ਸਾਜਿਸ਼ ਹੋਈ ਆ, ਜਾਂ 19 ਦੀ ਸੀ ਜਦੋਂ ਕੇਜਰੀਵਾਲ ਸਾਹਿਬ ਇੱਥੇ ਇਕੱਲੇ ਇਕੱਲੇ ਪਿੰਡ ਫਿਰ ਕੇ ਗਏ। ਇਹਨਾਂ ਲੋਕਾਂ ਨੇ, ਮੇਰੇ ਬਜ਼ੁਰਗਾਂ ਨੇ, ਮੇਰੀਆਂ ਭਾਵਾਂ ਨੇ, ਭੈਣਾਂ ਨੇ, ਮਾਵਾਂ ਨੇ, ਨੌਜਵਾਨਾਂ ਨੇ, ਉਹਨਾਂ ਦੀ ਜ਼ਮਾਨਤ ਜ਼ਬਤ ਕਰਾਈ। ਔਰ ਰਾਹੁਲ ਗਾਂਧੀ ਜੀ ਦਾ ਹੈਲੀਕਾਪਟਰ ਮਾਝੇ 'ਚ ਇਕੱਲਾ ਮਜੀਠੇ ਉਤਰਿਆ ਸੀ ਆ ਕੇ, ਔਰ ਉਸ ਵੇਲੇ ਵੀ ਉਹਨਾਂ ਦੇ ਕੈਂਡੀਡੇਟ ਨੂੰ 23,000 ਵੋਟ ਨਾਲ ਪਛਾੜਿਆ। ਔਰ ਮੈਂ ਤੁਹਾਨੂੰ ਹੋਰ ਦੱਸਦਿਆਂ, ਇਹ ਗੱਲ ਤੁਸੀਂ ਮਜ਼ਾਕ 'ਚ ਹੱਸ ਪੈਂਦੇ ਹੋ ਜਦ ਮੈਂ ਗੱਲ ਕਰਦਾ, ਮਗਰ ਇਹ ਅਸਲੀਅਤ ਦੀ ਗੱਲ ਹੈ। ਨਾ ਮੇਰੇ ਪਰਿਵਾਰ 'ਚੋਂ ਕੋਈ ਮੇਰੀ ਇੱਥੇ ਸਪੋਰਟ ਨਹੀਂ ਲਿਆਉਂਦਾ, ਮੇਰੀ ਘਰ ਦੀ ਵੀ ਮੈਨੂੰ ਵੋਟ ਨਹੀਂ ਪਾਉਣ ਆਉਂਦੀ, ਮਗਰ ਇਹਨਾਂ ਸਾਰਿਆਂ ਨੇ ਮੇਰੇ ਬਜ਼ੁਰਗਾਂ ਦਾ, ਮੇਰੇ ਭਰਾ ਦਾ, ਮੇਰੀ ਭੈਣ ਦਾ ਰੋਲ ਅਦਾ ਕਰਦਿਆਂ ਹੋਇਆ ਹਮੇਸ਼ਾ ਮੈਨੂੰ ਵੱਡੀ ਜਿੱਤ ਇੱਥੋਂ ਦਿੱਤੀ ਹੈ। ਇਸ ਲਈ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਐਤਕੀ ਮੇਰੀ ਲੜਾਈ ਥੋੜ੍ਹੀ ਵੱਖਰੀ ਆ, ਲੜਾਈ ਵੱਖਰੀ ਇਸ ਕਰਕੇ ਵੀ ਬਣ ਗਈ ਹੈ ਕਿਉਂਕਿ ਇੱਕ ਤਾਂ ਕੋਵਿਡ ਪ੍ਰੋਟੋਕਾਲ ਕਰਕੇ ਪ੍ਰਚਾਰ 'ਤੇ ਬੜੀਆਂ ਪਾਬੰਦੀਆਂ ਨੇ। ਪਹਿਲਾਂ ਜਿਹੋ ਜਿਹਾ ਪ੍ਰਚਾਰ ਹੁੰਦਾ ਸੀ ਉਹ ਪ੍ਰਚਾਰ ਹੈ ਨਹੀਂ, ਪਹਿਲਾਂ ਕਾਮਨ ਪਲੇਸਿਸ 'ਤੇ ਪ੍ਰਚਾਰ ਕਰ ਸਕਦੇ ਸੀ, ਉਹ ਕਰ ਨਹੀਂ ਸਕਦੇ, ਇਕੱਠ ਕਰ ਨਹੀਂ ਸਕਦੇ, ਬੜੀਆਂ ਪਾਬੰਦੀਆਂ ਨੇ। ਹੁਣ ਤਾਂ ਮੋਬਾਈਲ ਦਾ ਹੀ ਪ੍ਰਚਾਰ ਹੈ। ਦਾਸ ਹਮੇਸ਼ਾ ਹੀ ਆਪਦੇ ਲੋਕਾਂ ਨਾਲ ਵਿਚਰਦਾ ਰਿਹਾ, ਮੈਂ ਵਿਚਰਦਾ ਰਹਿਣਾ। ਇਹਨਾਂ ਨੂੰ ਇੱਕ ਬੇਨਤੀ ਹੈ ਕਿ ਸਾਜ਼ਿਸ਼ਾਂ ਮੇਰੇ ਖਿਲਾਫ਼ ਬੜੀਆਂ, ਜਿਵੇਂ ਟਾਡਾ ਦਾ ਕੇਸ ਹੁੰਦਾ ਨਾ, ਟਾਡਾ ਹੋ ਗਈ, UAPA ਯੁਆਪਾ ਹੋ ਗਿਆ, ਮਕੋਕਾ ਹੋ ਗਿਆ, ਜਿਨ੍ਹਾਂ ਕਈ ਧਾਰਾਵਾਂ ਇਹੋ ਜਿਹੀਆਂ ਹੁੰਦੀਆਂ ਸਪੈਸ਼ਲ ਧਾਰਾਵਾਂ, ਜੇ ਇਸ ਬੰਦੇ 'ਤੇ ਲੱਗ ਜਾਣ ਫਿਰ ਉਹਦੀ ਜ਼ਮਾਨਤ ਨਹੀਂ ਹੋ ਸਕਦੀ। ਰੱਬ ਮਿਹਰ ਕਰੇ, ਸੰਗਤਾਂ ਦੀਆਂ ਜਿਵੇਂ ਅਰਦਾਸਾਂ ਸੁਣੀਆਂ ਜਾਣ 'ਤੇ ਕੋਈ ਕਿਰਪਾ ਹੋ ਜਾਂਦੀ ਹੈ, ਨਹੀਂ ਤਾਂ ਟੈਕਨੀਕਲ ਇਸ਼ੂਜ਼ ਨੇ। ਉਸੇ ਤਰ੍ਹਾਂ ਮੇਰੇ ਖਿਲਾਫ਼ ਵੀ ਕਾਂਗਰਸ ਨੇ ਸ਼ਰਾਰਤ ਕੀਤੀ ਕਿ ਇਲੈਕਸ਼ਨ ਨਾ ਲੜ ਸਕੇ। ਵੇਖੋ, ਹਾਈਕੋਰਟ 'ਚ ਕੇਸ ਚੱਲਿਆ, ਅੰਤਰਿਮ ਜ਼ਮਾਨਤ ਹੋਈ, ਜਦੋਂ ਕੇਸ ਡਿਸਕਸ ਹੋਇਆ, ਮੈਰਿਟ 'ਤੇ ਘੱਟ ਡਿਸਕਸ ਹੋਇਆ, ਮੈਰਿਟ ਨਹੀਂ ਡਿਸਕਸ ਹੋਈ, ਉੱਥੇ ਇੱਕ 37 ਧਾਰਾ ਹੈ, ਸਪੈਸ਼ਲ ਧਾਰਾ, ਜਿਹਦੇ ਬਾਰੇ ਸੁਪਰੀਮ ਕੋਰਟ ਨੇ ਜਨਵਰੀ 'ਚ ਟਿੱਪਣੀ ਦਿੱਤੀ ਹੈ ਕਿ ਇਹ 'ਚ ਪ੍ਰੀ ਐਂਟੀਸਪੈਟਰੀ ਬੇਲ ਨਹੀਂ ਦਿੱਤੀ ਜਾ ਸਕਦੀ। ਉਸ ਟੈਕਨੀਕਲ ਇਸ਼ੂ ਕਰਕੇ ਦਾਸ ਦੀ ਬੇਲ ਡਿਨਾਈ ਹੋਈ, ਮਗਰ ਕਾਂਗਰਸ ਦੀ ਸਾਜਿਸ਼ ਵੇਖੋ, ਜਦੋਂ ਪੀ ਚਿਦੰਬਰਮ ਸਾਹਿਬ ਕਾਂਗਰਸ ਉੱਥੇ ਸਰਕਾਰ ਨੂੰ ਰੈਪ੍ਰਜੈਂਟ ਕਰ ਰਹੇ ਸੀ, ਐਡਵੋਕੇਟ ਜਨਰਲ ਉੱਥੇ ਸੀ, ਸਾਡੇ ਵਕੀਲ ਸਾਹਿਬ RS ਚੀਮਾ ਸਾਹਿਬ ਨੇ ਹਾਈਕੋਰਟ ਦੇ ਜੱਜ ਸਾਹਿਬ ਅੱਗੇ ਇਹ ਗੱਲ ਰੱਖੀ ਕਿ ਪਟੀਸ਼ਨਰ ਨੂੰ, ਦੈਟ ਇਜ਼ ਮੈਨੂੰ ਬਿਕਰਮ ਸਿੰਘ ਮਜੀਠੀਆ ਨੂੰ, ਹਫ਼ਤਾ ਦਿੱਤਾ ਜਾਵੇ ਜਾਂ ਘੱਟੋ ਘੱਟ 3 ਦਿਨ ਦਿੱਤੇ ਜਾਣ। 24 ਤਰੀਕ ਨੂੰ ਇਹ ਗੱਲ ਰੱਖੀ ਹੈ ਕਿ ਇਹ ਆਪਦੇ ਕਾਗਜ਼ ਦਾਖਲ ਕਰ ਸਕਣ ਔਰ ਸੁਪਰੀਮ ਕੋਰਟ ਵੱਲ ਮੂੰਹ ਕਰ ਸਕਣ, ਕਿਉਂਕਿ ਸੁਪਰੀਮ ਕੋਰਟ ਨੇ ਇਸ ਧਾਰਾ ਉੱਤੇ ਆਪਦੀ ਟਿੱਪਣੀ ਦਿੱਤੀ ਹੋਈ ਹੈ। ਜੱਜ ਸਾਹਿਬਾਂ ਨੇ ਕਿਹਾ ਆਈ ਵਿਲ ਕੰਸਿਡਰ ਇਟ, ਔਰ ਮੈਂ ਸਰੈਂਡਰ ਕਰਨ ਵਾਸਤੇ ਮੌਲੀ ਕੋਰਟ 'ਚ ਬੈਠਿਆ ਸਾਂ, CCTV ਫੁਟੇਜ ਕਟਾ ਲਿਓ, ਘੰਟਾ ਉੱਥੇ ਬੈਠਿਆ ਰਿਹਾ। ਮੇਰੇ ਵਕੀਲਾਂ ਨੇ ਸਲਾਹ ਕੀਤੀ ਕਿ ਜੇ ਜੱਜ ਸਾਹਿਬਾ ਕਹਿ ਦਿੰਦੀ ਨੋਟ ਐਕਸੈਪਟਡ, ਤਾਂ ਫਿਰ ਸਰੈਂਡਰ ਰਸਤਾ ਸੀ। ਜਦ ਉਹਨਾਂ ਨੇ ਕਹਿ ਤਾ ਆਈ ਵਿਲ ਕੰਸਿਡਰ ਇਟ, ਤੁਹਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਰਿਟਨ ਆਰਡਰ ਨੂੰ ਉਡੀਕੀਏ। ਅਸੀਂ ਰਿਟਨ ਆਰਡਰ ਉਡੀਕਣ ਲੱਗੇ, ਉਦੋਂ ਹੀ ਪਤਾ ਲੱਗਿਆ ਕਿ ਜਾ ਕੇ ਮੇਰੇ ਘਰਾਂ 'ਚ ਰੇਡ ਸ਼ੁਰੂ ਕਰਤੀ ਹੈ। ਹੁਣ ਰੇਡ ਮੈਂ ਪੁੱਛਣਾ ਚਾਹੁੰਦਾ BOI ਦੇ ਹੈੱਡ ਨੂੰ, ਚੰਦਰ ਸ਼ੇਖਰ ਸਾਹਿਬ ਨੂੰ, ਕਿ ਕਿਹਦੇ ਇਸ਼ਾਰੇ 'ਤੇ ਹੋ ਰਹੀ ਹੈ, ਜਿਨ੍ਹਾਂ ਨੇ ਤੁਹਾਡੀ ਬਦਲੀ ਕਰਾਈ ਹੈ, ਟ੍ਰਾਂਸਫਰ ਦੇ ਆਰਡਰ ਕਰਾਏ ਆ, ਕੌਣ ਠੋਕੋ ਤਾਲੀ ਚਾਹੁੰਦਾ ਮੈਂ ਇਲੈਕਸ਼ਨ ਨਾ ਲੜਾਂ? ਕੀ ਚੰਨੀ ਸਾਹਿਬ ਚਾਹੁੰਦੇ ਕਿ ਮੈਂ ਚੰਨੀ ਹਨੀ ਮਨੀ ਦੀ ਗੱਲ ਨਾ ਕਰਾਂ ਤਾਂ ਇਲੈਕਸ਼ਨ ਨਾ ਲੜਾਂ, ਇਹਨੂੰ ਅੰਦਰ ਦੇ ਦਿਓ? ਕੀ ਰੰਧਾਵਾ ਚਾਹੁੰਦਾ
कि मैं इलेक्शन ना लड़ा ओदे इशारे ते रेड हुई है। जज सारी ओपन कोर्ट चे ऑनलाइन जज साहिबा ने कहता कि आई विल कंसीडर इट, रिटन ऑर्डर आया कोई नहीं 25 तरीक तक। 24 तरीक नू मेरे घर रेड करन दी की लोड़ पै गई सी, मेरे वाइफ नू, मेरे निके निके न्याणियां नू, मेरे मदर नू, माता जी नू, जेड़े 80 साल दे उन्हां नू जाके तंग परेशान ह्यूमिलेट क्यों किया गया, सिर्फ इसलिए कि ये कागज ना भर सके, इलेक्शन ना लड़ सके। कल असी इलेक्शन कमीशन नू भी जाके शिकायत दित्ती है कि जेड़े अफसर फ्री एंड फेयर इलेक्शन होने तो रोकने की कोशिश कर रहे हैं, हाई कोर्ट की आर्डर दे कंटेंप्ट कर रहे हैं, उलंघना कर रहे हैं, इलेक्शन कमीशन की उन्हां दे खिलाफ कोई एक्शन लूगा कि मौन व्रत ते रहूगा। और मैं आज करदा, उम्मीद करदा राजू साहब को, इलेक्शन कमीशन को कि एक्शन होगा, क्योंकि कंटेंप्ट ऑफ कोर्ट हुई है। और सिर्फ इसलिए हुई क्योंकि 25 नूं मैं कागज दाखिल करने सी, इन्हां नूं ऐ हो गया कि ये ते इन्हूं पहला ही फड़ लो, अंदर दे दियो, ते ना इलेक्शन लड़न जोगा रवे, ना कागज भरन जोगा रवे। ਤੁਹਾਡੀ ਇੱਕ ਪਾਸੇ ਭੈਣ ਜੀ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਕਿ ਜੇਕਰ ਮੇਰਾ ਭਰਾ ਨੇ ਕੋਈ ਇਹੋ ਜਿਹੀ ਸ਼ਮੂਲੀਅਤ ਉਹਦਾ ਕੱਖ ਨਾ ਰਵੇ। ਦੂਸਰੇ ਪਾਸੇ ਅੱਜ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਕੌਰ ਸਾਹਮਣੇ ਆਈ ਮੀਡੀਆ ਦੇ, ਉਹਨਾਂ ਨੇ ਕਿਹਾ ਕਿ ਮੈਂ 15 ਸਾਲ ਵੱਡੀ ਆ ਉਹਦੇ ਤੋਂ, ਪਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਰਵੱਈਆ ਉਹ ਪਰਿਵਾਰ ਪ੍ਰਤੀ ਬਹੁਤ ਗਲਤ ਰਿਹਾ। ਉਹਨਾਂ ਨੇ ਆਪਣੇ ਫਾਦਰ ਦੀ ਮੌਤ ਤੋਂ ਬਾਅਦ ਆਪਣੀ ਮਾਤਾ ਨੂੰ ਵੀ ਘਰੋਂ ਕੱਢ ਦਿੱਤਾ ਸੀ, ਉਹਨਾਂ ਨੇ ਗੱਲ ਕਹੀ ਹੈ। ਇਦਾਂ ਦੇ ਬਿਆਨ ਸਾਹਮਣੇ ਆਏ ਜੀ ਉਹਨਾਂ ਦੇ? ਦੇਖੋ ਮੈਂ ਹੱਲੇ ਨਾ, ਮੈਂ ਈਸਟ 'ਚ ਜਾ ਕੇ ਕਰੂੰ ਇਹ ਟਿੱਪਣੀ ਨਾ, ਮੈਂ ਖੜ ਗਿਆ ਯਾਰ ਗਗਨ, ਤੈਨੂੰ ਵੀ ਸੁਮਿਤ ਵਾਲੀਆਂ ਆਦਤਾਂ ਪੈ ਗਈਆਂ। ਇਹ ਦੇਖੋ ਉਹ ਬੰਦਾ ਕਿਹੋ ਜਿਹਾ ਕਿਹੋ ਜਿਹਾ ਨਹੀਂ, ਇਹ ਗੱਲ ਦਾ ਜਵਾਬ ਮੈਂ ਉੱਥੇ ਦੂੰ, ਕਿਉਂਕਿ ਉਹ ਬੰਦੇ ਨੇ ਹਰੇਕ ਨਾਲ ਹੀ ਧੋਖਾ ਕੀਤਾ। ਜਿਹੜਾ ਪਰਿਵਾਰ ਦਾ ਨਾ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕਦਾ। ਔਰ ਇਹੀ ਕੰਮ ਇਹ ਹਲਕੇ ਦੇ ਲੋਕਾਂ ਨੇ ਵੀ, ਉਹ ਇੱਕ ਦਿਨ ਦੀ ਪ੍ਰਚਾਰ ਲਈ ਆਉਂਦਾ ਸੀ ਇੱਥੇ, ਇੱਕ ਰੁਪਈਆ ਨਹੀਂ ਇੱਥੇ ਉਹਦਾ ਖਰਚ ਹੋਣ ਦਿੱਤਾ, ਦੋ ਰੈਲੀਆਂ ਨੂੰ ਸੰਬੋਧਨ ਕਰਦਾ ਸੀ, ਇੱਥੋਂ 20-22 ਹਜ਼ਾਰ ਤੋਂ ਜਿੱਤ ਕੇ ਜਾਂਦਾ ਸੀ, ਅਤੇ ਮੁੜ ਕੇ ਪੁੱਛਿਆ ਕਦੇ ਹਾਲ ਇਹਨਾਂ ਲੋਕਾਂ ਦਾ? ਔਰ ਹਾਲ ਤਾਂ ਕੀ ਪੁੱਛਣਾ ਸੀ, ਜੇ ਕੋਈ ਕੰਮ ਕਰਾਉਣ ਘਰੇ ਚਲੇ ਜਾਂਦਾ ਉਹਨੂੰ ਚਾਹ ਤੱਕ ਨਹੀਂ ਗੇਟ ਨਹੀਂ ਵੜਨ ਦਿੰਦੇ ਅੰਦਰ, ਚਾਹ ਤਾਂ ਦੂਰ ਦੀ ਗੱਲ ਹੈ। ਔਰ ਸਾਡੇ ਐਕਸ ਐਮ ਐਲ ਏ ਸਾਹਿਬ ਨੇ ਇਹ ਦੱਸ ਦੇਣਗੇ ਕੀ ਕਹਿੰਦਾ ਸੀ। ਉਹ ਕਹਿੰਦਾ ਸੀ ਵੀ ਏਡੀ ਵੱਡੀ ਲੀਡ ਜੋ ਮੈਨੂੰ ਬਿਕਰਵਾਉਂਦਾ ਹੈ, ਮੇਰੇ ਆਪਣੇ ਚੰਮ ਦੀਆਂ ਜੁੱਤੀਆਂ ਮੈਨੂੰ ਤੇਰਾ ਸਾਰੀ ਉਮਰ ਨਹੀਂ ਦੇਣ ਦੇ। ਮੈਂ ਇੱਕ ਜਿਹੜੀ ਅਗਲੀ ਗੱਲ ਕਰਦਾ ਜੀ, ਜੇ ਆਨਰੇਬਲ ਸੁਪਰੀਮ ਕੋਰਟ 'ਚ ਵੀ ਕੀ ਹੋਇਆ ਵੇਖੋ, ਅਸੀਂ ਕਿਉਂਕਿ ਸਮਾਂ ਘੱਟ ਸੀ ਸਾਡੇ, ਜਾਂ ਇਹ ਬੜੀ ਗੱਲ ਸੁਣਨ ਵਾਲੀ ਹੈ, ਸਾਜਿਸ਼ ਵੇਖੋ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਕਿ ਇਲੈਕਸ਼ਨ ਨਾ ਲੜ ਸਕੇ। ਸੁਪਰੀਮ ਕੋਰਟ 'ਚ ਅਸੀਂ ਆਪ, ਸਾਡੇ ਜਿਹੜੇ ਸੀਨੀਅਰ ਐਡਵੋਕੇਟ ਸਾਹਿਬ ਨੇ ਮੁਕਲ ਰੋਹਤਗੀ ਜੀ, ਉਹ ਆਪ ਚੀਫ ਜਸਟਿਸ ਆਫ ਇੰਡੀਆ ਅੱਗੇ ਪੇਸ਼ ਹੋਏ ਕਿ ਸਾਡੀ ਇਹ ਅਰਜੈਂਸੀ ਹੈ, ਸਾਡੀ ਗੱਲ ਸੁਣੀ ਜਾਵੇ। ਹਲੇ ਤਾਂ ਸਾਨੂੰ ਨਹੀਂ ਪਤਾ ਸੀ ਸਾਡੀ ਗੱਲ ਸੁਣੀ ਜਾਣੀ ਹੈ ਨਹੀਂ ਸੁਣੀ ਜਾਣੀ, ਉਸ ਦਿਨ ਜੇ ਸੁਣੀ ਜਾਂਦੀ ਤਾਂ ਨੋਟਿਸ ਹੋਣਾ ਸੀ। ਮਗਰ ਚਿਦੰਬਰਮ ਸਾਹਿਬ ਐਡਵੋਕੇਟ ਜਨਰਲ ਪਹਿਲਾਂ ਹੀ ਆ ਕੇ ਉੱਥੇ ਬੈਠੇ, ਔਰ ਉੱਥੇ ਉਹਨਾਂ ਨੂੰ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ, ਔਰ ਚੀਫ ਜਸਟਿਸ ਆਫ ਇੰਡੀਆ ਵੀ ਸਾਹਿਬ ਹੈਰਾਨ ਹੋਏ ਕਿ ਹਲੇ ਤਾਂ ਮੈਂ ਕੇਸ ਦੀ ਨੋਟਿਸ ਵੀ ਨਹੀਂ ਕੀਤਾ, ਅਤੇ ਤੁਸੀਂ ਐਡੇ ਕਾਲੇ ਤਰਲੋਂ ਮੱਛੀ ਕਿਉਂ ਹੋਏ ਹੋਏ ਹੋ? ਕਹਿਣ ਦਾ ਭਾਵ ਕਿ ਹਰ ਜਗ੍ਹਾ ਇਹ ਕੋਸ਼ਿਸ਼ ਸਰਕਾਰ ਵੱਲੋਂ ਹੋ ਰਹੀ ਹੈ ਕਿ ਇਲੈਕਸ਼ਨ ਨਾ ਲੜ ਸਕੇ। ਕੀ ਇਹ ਠੀਕ ਹੈ? ਕੀ ਇਹ ਲੋਕਤੰਤਰ ਦੇ ਹੱਕ 'ਚ ਹੈ? ਕੀ ਇਹ ਡਿਕਟੇਟਰਸ਼ਿਪ ਨਹੀਂ? ਮੈਨੂੰ ਲੱਗਦਾ ਜਿਹੜਾ ਇਮਰਾਨ ਖਾਨ ਨੂੰ ਪਾ ਪਾ ਜੱਫੀਆਂ ਕਿਤੇ ਪਾਕਿਸਤਾਨ ਦਾ ਅਸਰ ਹੋਇਆ ਹੋਇਆ ਕਿ ਵਿਰੋਧੀਆਂ ਨੂੰ ਇਲੈਕਸ਼ਨ ਨਹੀਂ ਲੜਨ ਦੇਣੀ ਜਿਹੜੇ ਸਵਾਲ ਪੁੱਛਣਗੇ। ਮਗਰ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ, ਔਰ ਮੈਂ ਅੱਜ ਵੀ ਚਾਹੇ ਮੇਰੀ 31 ਤਰੀਕ ਨੂੰ ਵੱਡਾ ਫੈਸਲਾ ਜੋ ਆਵੇ ਸਿਰ ਮੱਥੇ ਪ੍ਰਵਾਨ ਹੈ, ਵੱਡਾ ਫੈਸਲਾ ਲੋਕਾਂ ਦੀ ਕਚਹਿਰੀ ਅਤੇ ਰੱਬ ਦੀ ਕਚਹਿਰੀ 'ਚ ਹੋਣਾ। ਹੁਣ ਮੈਂ ਆਪਦੇ ਕਾਗਜ਼ ਦਾਖਲ ਕਰਕੇ ਅੱਜ ਸਮੁੱਚੀ ਮਜੀਠੇ ਦੀ ਸੰਗਤ ਨੂੰ, ਔਰ ਇਸ ਤੋਂ ਬਾਅਦ ਅੰਮ੍ਰਿਤਸਰ ਈਸਟ ਜਾ ਕੇ ਮੈਂ ਉੱਥੇ ਬੇਨਤੀ ਕਰਨੀ ਹੈ ਕਿ ਤੁਸੀਂ ਫੈਸਲਾ ਕਰਨਾ ਕਿ ਜਿਨ੍ਹਾਂ ਲੋਕਾਂ ਨੇ ਧੋਖਾ ਅਤੇ ਫਰੋਡ ਦੇ ਸਿਵਾਏ ਕੁਛ ਨਹੀਂ ਕੀਤਾ, ਕਾਹਦਾ ਪੰਜਾਬ ਮਾਡਲ ਹੈ ਤੁਹਾਡਾ? ਨਵਜੋਤ ਸਿੰਘ, ਅਸੀਂ ਤਾਂ ਇੱਕ ਸਰਕਾਰ ਹੰਡਾਈ ਹੈ, ਇਹ ਤਾਂ 4 ਦੀਆਂ ਸਰਕਾਰਾਂ ਹੰਡਾਉਣ ਡਿਆ। ਜਿਹੜਾ ਐਮ ਪੀ ਵੀ ਰਹਿ ਗਿਆ, ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹਿ ਗਿਆ, ਮਨਿਸਟਰ ਵੀ ਰਹਿ ਗਿਆ, 18 ਸਾਲ ਪਿਛਲੇ ਇਹ ਸਰਕਾਰਾਂ 'ਚ ਰਹੇ ਆ, ਵਾਟ ਇਜ਼ ਇਸ ਅਚੀਵਮੈਂਟ? ਸਿਰਫ ਅਤੇ ਸਿਰਫ ਭਗੌੜਾ ਮਾਡਲ, ਧੋਖਾ ਮਾਡਲ, ਗੱਲੀਬਾਤੀ ਮਾਡਲ, ਫੇਲ ਮਾਡਲ, ਇਹ ਮਾਡਲ ਹੈ, ਇਕੱਲਾ ਹੋਰ ਕੁਛ ਨਹੀਂ ਹੈ।
ਇਹਦੇ ਬਾਰੇ ਮਗਰ ਮੈਂ ਖੁੱਲ ਕੇ ਉੱਥੇ ਗੱਲ ਕਰੂੰਗਾ ਕਿਉਂਕਿ ਇੱਥੇ ਠੋਕਰ ਥਾਲੀ ਦਾ ਮਤਲਬ ਹੈ ਹਾਂਜੀ ਚੋਣ ਪ੍ਰਚਾਰ ਦੀ ਕਮਾਨ ਕੌਣ ਸੰਭਾਲਣ ਜਾ ਰਿਹਾ ਹਾਂਜੀ ਹਲਕਾ ਮਜੀਠਾ ਚੋਣ ਪ੍ਰਚਾਰ ਉਮੀਦਵਾਰ ਨੀਕਰ ਹੋਣਗੇ ਤੁਹਾਡੇ ਧਰਮ ਪਤਨੀ ਹੋਣਗੇ ਜੀ ਭਰਾਵਾ ਖੜ ਜਾ ਯਾਰ ਕਾਲਾ ਨਾ ਪੈ ਕਾਲੇ ਪੈਣ ਵਾਲਾ ਕੰਮ ਉਹ ਨਹੀਂ ਪੈਣਾ ਚਾਹੀਦਾ ਅਸੀਂ ਨਹੀਂ ਕਦੇ ਪਏ ਇੰਨੀਆਂ ਪੰਗੇ ਪਏ ਹੋਏ ਆ ਭੀੜਾਂ ਪਈਆਂ ਏਦਾਂ ਮੌਤ ਚ ਫਿਰਦੇ ਆ ਚੜ੍ਹਦੀ ਕਲਾ ਚ ਰਹੀਦਾ ਸਿੰਘਾਂ ਦਾ ਕੰਮ ਆ ਗੱਜਣਾ ਵੱਜਣਾ ਚੜ੍ਹਦੀ ਕਲਾ ਚ ਰਹਿਣਾ ਹਾਂਜੀ ਮੈਂ ਦੱਸਦਾ ਜੀ ਪ੍ਰਚਾਰ ਕੌਣ ਸੰਭਾਲੂਗਾ ਪ੍ਰਚਾਰ ਸਾਂਭਣ ਕੇ ਆ 2 ਲੱਖ ਦੇ ਇੱਥੋਂ ਦੇ ਵੋਟਰ ਪ੍ਰਚਾਰ ਪਿੰਡ ਪਿੰਡ ਪੈਰਾ ਇਹ ਲਾਉਣਗੇ ਫੈਸਲਾ ਇਹ ਕਰਨਗੇ MLA ਵੀ ਦਾਸ ਇਹਨਾਂ ਦਾ ਇਹ ਮੇਰੇ ਭਰਾ ਇਹ ਮੇਰੇ ਭੈਣ ਇਹ ਮੇਰੇ ਅੱਖ ਦੀਆਂ ਇਹ ਮੇਰੇ ਤੁਸੀਂ ਸਮਝੋ ਇਹ ਚਾਨਣ ਮਨਾਰਾ ਨੇ ਮੇਰਾ ਸਭ ਕੁਛ ਹੀ ਨੇ ਅੱਖ ਦੇ ਤਾਰੇ ਨੇ ਇਸ ਲਈ ਇਹਨਾਂ ਨੇ ਪ੍ਰਚਾਰ ਕਰਨਾ ਇਹਨਾਂ ਨੇ ਪੈਰਾ ਲਾਉਣਾ ਸਭ ਕੁਛ ਕਰਨਾ ਖੁੱਲਾ ਛੱਡਤਾ ਤੇ ਦਾਸ ਵੀ 2-3 ਲਪਲੀਆਂ ਟਪਲੀਆਂ ਛੱਡ ਦੂ ਨਹੀਂ ਖੁੱਲਾ ਛੱਡਿਆ ਤੇ ਇਹ ਕਰ ਦੇਣਗੇ ਬਾਕੀ ਮਜੀਠੀਆਂ ਬਣ ਕੇ ਕਿਉਂਕਿ ਚੰਨੀ ਨੇ ਆਲਰੇਡੀ ਪਹਿਲੇ ਆਪਨੇ ਉਨਕੀ ਹੈਲਪ ਕੀ ਥੀ ਉਸਕੋ ਲੇਕਰ ਕੰਪਲੀਟਲੀ ਕਰੀ ਸੋ ਫਿਕਸ ਮੈਚ ਇਨ ਅੰਮ੍ਰਿਤਸਰ ਇਸ ਫਿਕਸਡ ਮੈਚ ਹੈ ਫਾਰ ਪੀਪਲ ਹੈਵ ਡਿਸਾਈਡਡ ਫਿਕਸਡ ਰਿਜ਼ਲਟ ਵੀ ਆਏਗਾ ਆਪ ਆਮ ਆਦਮੀ ਪਾਰਟੀ ਕੋ ਬੋਲੋ ਮੈਚ ਕਾ ਫਿਕਰ ਨਾ ਕਰੇ ਰਿਜ਼ਲਟ ਵੀ ਲੋਕ ਦੇਣਗੇ ਔਰ ਆਮ ਆਦਮੀ ਪਾਰਟੀ ਕੀ ਕਾਂਗਰਸ ਕਾ ਕਾਮ ਸਫਾਇਆ ਹੋਏਗਾ ਦੋ ਭਰਾ ਤੁਹਾਡੇ ਖਿਲਾਫ ਇਸ ਵਾਰੀ ਚੋਣ ਬਣਾਉਣਾ ਹੈ ਭਰਾ ਲਾਲੀ ਦੇ ਅਗਰ ਮੈਂ ਹੋਰ ਦੱਸਿਆ ਮਜੀਠੇ ਵਾਲਿਆਂ ਨੂੰ ਦੇਖੋ ਆਪ ਤੇ ਕਾਂਗਰਸ ਦੀ ਕਿੰਨੀ ਗੱਠਜੋੜ ਹੈ ਮੇਰੇ ਖਿਲਾਫ ਦੋ ਭਰਾ ਖਲੋਤੇ ਆ ਦੋਵੇਂ ਭਰਾ ਨੇ ਰੱਜ ਕੇ ਕਾਂਗਰਸ 'ਚ ਚੰਮਦੀਆਂ ਚਲਾਈਆਂ ਲੁੱਟਿਆ ਵੀ ਕੁੱਟਿਆ ਵੀ ਮਤਲਬ ਹਰ ਬਦਲੀ ਦਾ ਪੈਸਾ ਲੈਂਦੇ ਆ ਹਰ ਦਫ਼ਤਰ ਤੋਂ ਪੈਸੇ ਖਾਂਦੇ ਸੀ ਔਰ ਝਗੜਾ ਇਹਨਾਂ ਦਾ ਇਸ ਗੱਲ ਦਾ ਹੋਇਆ ਕਿ 70-30 ਦੀ ਰੇਸ਼ੋ ਕੀਤੀ ਹੈ ਉਹ ਕਹਿੰਦਾ ਮੈਂ ਵੱਡਾ ਮੇਰਾ ਹਿੱਸਾ ਵੱਧ ਬਣਦਾ ਉਹ ਛੋਟਾ ਕਹਿੰਦਾ ਨਾ ਤੂੰ ਕੌਣ ਕੰਮ ਤਾਂ ਅਸੀਂ ਕਰਦੇ ਰੌਲਾ ਉਹਨਾਂ ਦਾ ਇਹ ਹੈ ਆਹ ਲੋਕਾਂ ਨੂੰ ਪੁੱਛ ਲਿਓ ਕਿ ਹਰ ਦਫ਼ਤਰ ਨੂੰ ਹਰ ਥਾਣੇ 'ਚ ਸਿਰਫ ਤੇ ਸਿਰਫ ਪੈਸੇ ਦਾ ਬੋਲਬਾਲਾ ਲਿਆ ਅੱਜ ਕਾਂਗਰਸ ਮੈਂ ਤਾਂ ਪਹਿਲਾਂ ਕਹਿੰਦਾ ਸੀ ਆਪ ਇਜ਼ ਬੀ ਟੀਮ ਆਫ ਕਾਂਗਰਸ ਔਰ ਮਜੀਠੇ ਹਲਕੇ 'ਚ ਵੇਖਣ ਨੂੰ ਫਿਰ ਰਿਹਾ 40 ਸਾਲ ਦਾ ਕਾਂਗਰਸੀ ਉਮੀਦਵਾਰ ਆਪ ਦਾ ਕੈਂਡੀਡੇਟ ਹੈ ਤੇ ਉਹਦਾ ਭਰਾ ਜਿਨ੍ਹਾਂ ਨੇ ਰੱਜ ਕੇ ਪਿਛਲੇ 5 ਸਾਲ ਮਜੀਠੇ ਨੂੰ ਪਛਾੜਿਆ ਡਿਵੈਲਪਮੈਂਟ 0 ਓਨਲੀ ਕਰਪਸ਼ਨ ਅੱਜ ਉਹ ਰਲ ਕੇ ਇਸ ਲਈ ਲੋਕ ਫੈਸਲਾ ਕਰੀ ਬੈਠੇ ਆਪਾਂ ਤਾਂ ਇਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਕਿ ਭਰਾ ਸਾਨੂੰ ਤਾਂ ਮੰਗਣ ਦੀ ਜਾਂਚ ਵੀ ਨਹੀਂ ਇਹਨਾਂ ਨੇ ਆਪੇ ਫੁੱਲ ਐਕਸਲੇਟਰ ਨੱਪ ਕੇ ਰੱਖ ਲਿਆ ਕਹਿੰਦੇ ਨੇ ਕਿ ਮੇਰਾ ਮੇਰੀ ਮਾਂ ਦੇ ਨਾਲ ਭੈਣ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਪ੍ਰੈਸ ਕਾਨਫਰੰਸ ਕਰ ਰਹੇ ਨੇ ਹੁਣ ਕੋਈ ਲਿੰਕ ਨਹੀਂ ਚਲੋ ਕਿਹੇ ਜਿਹਾ ਨਹੀਂ ਕਹਿੰਦੇ ਕਿਹੇ ਜਿਹਾ ਬੰਦਾ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ ਤੇ ਉੱਤੋਂ ਡਿੱਗਿਆ ਫਿਰ ਮਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਬੜਾ ਕਮਾਲ ਦੀਆਂ ਗੱਲਾਂ ਨੇ ਉਹ ਭਰਾਵਾ ਮੈਂ ਤੁਹਾਨੂੰ ਗੱਲ ਦੱਸਾਂ ਜਿਹੜੀਆਂ ਧਾਰਾਵਾਂ ਮੇਰੇ ਤੇ ਲਾਤੀਆਂ ਨਾ ਉਹ ਬਣਦੀਆਂ ਹੀ ਨਹੀਂ ਔਰ ਦੂਜੀ ਗੱਲ ਜੇ ਧਾਰਾ ਕਿਸੇ ਤੇ ਬਣਦੀ ਹੈ ਤੇ ਟੇਪ ਆਈ ਹੈ ਸਿਧਾਰਥ ਚੱਟੋਪਾਧਿਆ ਦੀ ਕਿ ਉਹ PO ਨਾਲ ਬੈਠਿਆ PO ਨਾਲ ਇਲੀਗਲ ਤਰੀਕੇ ਨਾਲ ਲੋਕਾਂ ਨੂੰ ਫੜਨ ਦੀ ਗੱਲ ਕਰ ਰਿਹਾ ਫੇਕ ਰਿਕਵਰੀ ਦੀ ਗੱਲ ਕਰ ਰਿਹਾ ਇਲੀਗਲ ਡਿਟੈਂਸ਼ਨ ਦੀ ਗੱਲ ਕਰ ਰਿਹਾ ਇੱਕ ਘਰ ਨੂੰ ਕਿਰਾਏ ਤੇ ਲੈ ਕੇ ਕਹਿ ਰਿਹਾ ਕਿਰਾਇਆ ਮੈਂ ਦੂੰਗਾ ਬਣਦੀਆਂ ਤੇ ਧਾਰਾਵਾਂ ਉੱਤੇ ਨੇ ਕਿ ਜਿਹੜਾ ਹਾਈਕੋਰਟ ਦਾ PA ਹੋਵੇ ਉਹ ਤੇਰੇ ਕੋਲ ਕੀ ਕਰਦਾ ਸੀ ਔਰ ਤੂੰ ਉਹਨੂੰ ਬੇਟਾ ਬੇਟਾ ਕਰਕੇ ਉਹਦੇ ਆਖੇ ਪੁਲਿਸ ਵਾਲਿਆਂ ਦੀ ਬਦਲੀ ਕਰੀ ਜਾ ਰਹੇ ਜੋਧਪੁਰ ਸਿੱਧੂ ਦਾ ਕਹਿਣਾ ਕਿ ਜ਼ਮਾਨਤ ਰੱਦ ਵੀ ਹੋਣੀ ਤੇ ਜ਼ਬਤ ਵੀ ਹੋਣੀ ਹੈ ਬੀਬੀ ਸਿੱਧੂ ਨੂੰ ਕਹੇ ਤੂੰ ਪਹਿਲੀ ਮੇਰੀ ਸਤਿਕਾਰਯੋਗ ਮੇਰੀ ਭੈਣ ਮੈਨੂੰ ਇਹਨਾਂ ਨੇ ਮੈਨੂੰ ਕਿਹਾ ਸੀ ਤੂੰ ਮੇਰਾ ਛੋਟਾ ਵੀਰ ਆ ਹੁਣ ਛੋਟੇ ਵੀਰ ਦਾ ਹੀ ਧਿਆਨ ਕਰੀ ਜਿਹੜਾ ਕਿਸੇ ਦਾ ਨਹੀਂ ਹੋਇਆ ਉਹਨੇ ਤੇਰਾ ਵੀ ਨਹੀਂ ਹੋਣਾ